ਦੋਸਤੋ, ਅੱਜ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਵਾਂ ਜੋ ਪੰਜਾਬ ਦੇ ਵਿੱਚ ਇੱਕ ਡਰਾਮੇਬਾਜ਼ੀ ਚੱਲ ਰਹੀ ਆ ਨਸ਼ਿਆਂ ਦੇ ਨਾਮ ਦੇ ਉੱਤੇ। ਔਰ ਉਹ ਲੇਟੈਸਟ ਡਰਾਮੇਬਾਜ਼ੀ ਹੈ, ਕਾਂਗਰਸ ਸਰਕਾਰ ਨੇ ਜਿਹੜਾ ਫਰਮਾਨ ਜਾਰੀ ਕੀਤਾ ਹੈ ਕਿ ਕੁੱਲ ਟੋਟਲ ਪੰਜਾਬ ਦੇ ਜਿਹੜੇ ਸ਼ਾਇਦ 3.5 ਲੱਖ ਇੰਪਲੋਈਜ਼ ਨੇ ਸਰਕਾਰ ਦੇ, ਉਹ ਸਾਰੇ ਡੋਪ ਟੈਸਟ ਲੈਣਗੇ। ਮੈਂ ਕੋਈ ਡੋਪ ਟੈਸਟ ਦੇ ਖਿਲਾਫ ਨਹੀਂ ਗਾ, ਲੇਕਿਨ ਐਡੇ ਵੱਡੇ ਪੱਧਰ ਦੇ ਉੱਤੇ 3.5 ਲੱਖ ਆਦਮੀ ਜਿਨ੍ਹਾਂ ਦਾ ਬਹੁਤੇ ਲੋਕਾਂ ਦਾ ਕੋਈ ਸਰੋਕਾਰ ਨਹੀਂ ਗਾ ਡਰੱਗਸ ਨਾਲ, ਜਿੱਦਾਂ ਔਰਤਾਂ ਬੈਠੀਆਂ ਨੇ, ਲੈਟਸ ਏ ਸੈਕਰੀਟੇਰੀਏਟ 'ਚ ਬੈਠੀਆਂ ਨੇ ਜਾਂ ਡਿਸਟ੍ਰਿਕਟ ਹੈੱਡਕੁਆਰਟਰ 'ਤੇ ਬੈਠੀਆਂ ਨੇ, ਆਪਣੇ ਦਫ਼ਤਰਾਂ ਦੇ ਵਿੱਚ ਕਲਰਕਸ ਨੇ, ਅਸਿਸਟੈਂਟਸ ਨੇ, ਜਿਨ੍ਹਾਂ ਦਾ ਲੋਅ ਇਨਫੋਰਸਮੈਂਟ ਏਜੰਸੀ ਨਹੀਂ ਗੀ ਜਿਹੜੀ, ਉਹਨਾਂ ਲੋਕਾਂ ਦਾ ਡਰੱਗ ਡੋਪ ਟੈਸਟ ਦੀ ਗੱਲ ਚਲਾਉਣੀ ਮੈਂ ਸਮਝਦਾ ਕਿ ਇੱਕ ਵਿਅਰਥ ਟਾਈਪ ਗੱਲ ਆ। ਔਰ ਜਿਹੜਾ ਅਸਲ ਭੱਖ ਦਾ ਮਸਲਾ ਵਾ, ਨਸ਼ਿਆਂ ਨੂੰ ਕਿੱਦਾਂ ਕੰਟਰੋਲ ਕਰਨਾ, ਕਿਹੜੇ ਕਿਹੜੇ ਲੋਕ ਇਨਵੋਲਵਡ ਆ, ਉਹਦੇ ਤੋਂ ਧਿਆਨ ਹਟਾਉਣ ਦਾ ਇੱਕ ਵੱਡਾ ਉਪਰਾਲਾ ਕੀਤਾ ਗਿਆ। ਔਰ ਤੁਸੀਂ ਦੇਖੋਗੇ ਕਿ ਜਿਹੜਾ ਇਸ ਵਕਤ ਗੌਰਮੈਂਟ ਦਾ ਹੁਕਮ ਜਾਰੀ ਕੀਤਾ, ਉਹਦੇ 'ਚ ਅਗਰ 3.5 ਲੱਖ ਇੰਪਲੋਈਜ਼ ਦਾ ਡੋਪ ਟੈਸਟ ਕਰਾਉਣਾ ਹੋਵੇ ਤਾਂ ਲਗਭਗ 17 ਤੋਂ 18 ਕਰੋੜ ਰੁਪਇਆ ਹਰ ਸਾਲ ਚਾਹੀਦਾ ਵਾ। ਅਸਲ ਡੋਪ ਟੈਸਟ ਜਿਹੜਾ ਹੁੰਦਾ ਹੈ ਉਹ ਪੁਲਿਸ ਦਾ ਡੋਪ ਟੈਸਟ ਹੋਣਾ ਚਾਹੀਦਾ ਵਾ। ਪੁਲਿਸ ਜਿਹੜੀ ਕਿ ਲੋਅ ਇਨਫੋਰਸਮੈਂਟ ਏਜੰਸੀ ਆ, ਜਿਹੜੀ ਨਸ਼ਿਆਂ ਦੇ ਤਸਕਰਾਂ ਦੇ ਨਾਲ ਲੜਾਈ ਲੜ ਰਹੀ ਆ ਥੱਲੜੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ, ਉਹਦੇ 'ਤੇ ਵੀ ਉਹਨਾਂ ਦਾ ਹੋਣਾ ਚਾਹੀਦਾ ਜਿਹਨਾਂ ਦਾ ਰੋਲ ਆ। ਜਿਹੜੇ ਵਿਚਾਰੇ ਕੌਂਸਟੇਬਲਸ ਨੇ, ਲੋਅਰ ਰੈਂਕਸ ਨੇ, ਕੌਂਸਟੇਬਲਰੀ ਆ, ਉਹਨਾਂ ਦਾ ਉਹ ਤਾਂ ਸਿਰਫ ਫੀਲਡ ਦੀ ਲੜਾਈ ਲੜਦੇ ਨੇ। ASI ਲੈਵਲ ਤੋਂ ਲੈ ਕੇ ਅਸਿਸਟੈਂਟ ਸਬ ਇੰਸਪੈਕਟਰ ਤੋਂ ਉੱਪਰ SHOs ਅਤੇ DSPs ਰਾਈਟ ਅਪ ਟਿਲ ਦਾ DGP, ਇਹਨਾਂ ਦਾ ਡੋਪ ਟੈਸਟ ਹੋਣਾ ਚਾਹੀਦਾ। ਲੇਕਿਨ ਡੋਪ ਟੈਸਟ ਹੋਣਾ ਚਾਹੀਦਾ ਅਨਐਲਾਨਿਆ, ਸਰਪ੍ਰਾਈਜ਼ਿੰਗ ਤਰੀਕੇ ਦੇ ਨਾਲ, ਬਿਨਾਂ ਕਿਸੇ ਨੂੰ ਦੱਸੇ, ਰੈਂਡਮਲੀ, ਕਿਉਂਕਿ ਡੋਪ ਟੈਸਟ ਦੇ ਵਿੱਚ ਸਭ ਤੋਂ ਵੱਡਾ ਐਲੀਮੈਂਟ ਹੈ ਸਰਪ੍ਰਾਈਜ਼ ਐਲੀਮੈਂਟ ਹੈ। ਜਦੋਂ ਤੁਸੀਂ ਕਿਸੇ ਨੂੰ ਪਤਾ ਹੀ ਨਹੀਂ ਗਾ ਕਿ ਮੇਰਾ ਕਿਹੜੇ ਵੇਲੇ ਕਿਸ ਤਰ੍ਹਾਂ ਡੋਪ ਟੈਸਟ ਹੋ ਜਾਏਗਾ, ਫਿਰ ਤਾਂ ਉਹਦੇ 'ਚੋਂ ਕਿਸੇ ਦੇ ਖਿਲਾਫ਼ ਕੋਈ ਤੱਤ ਪਾਏ ਜਾ ਸਕਦੇ ਨੇ। ਵਰਨਾ ਇਹ ਸਾਰਾ ਸਿਰਫ ਇੱਕ ਕਾਂਗਰਸ ਗਵਰਨਮੈਂਟ ਦਾ, ਕੈਪਟਨ ਅਮਰਿੰਦਰ ਸਿੰਘ ਦਾ ਇੱਕ ਕੋਸ਼ਿਸ਼ ਆ ਕਿ ਜਿਹੜਾ ਮਾਰ ਪੈ ਰਹੀ ਸੀ ਉਹਨਾਂ ਨੂੰ ਪੰਜਾਬ ਦੇ ਵਿੱਚ ਨਸ਼ਿਆਂ ਦੀਆਂ ਬਹੁਤ ਸਾਰੀਆਂ ਮੌਤਾਂ ਹੋ ਗਈਆਂ ਪਿਛਲੇ ਕੋਈ 2 ਹਫ਼ਤਿਆਂ ਦੇ ਵਿੱਚ, 2 ਦਰਜਨ ਤੋਂ ਜ਼ਿਆਦਾ ਨੌਜਵਾਨ ਜਿਹੜੇ ਨੇ ਉਹ ਨਸ਼ਿਆਂ ਦੇ ਕੋਹੜ ਵਿੱਚ ਸਰਿੰਜਾਂ ਲਾਉਂਦੇ, ਟੀਕੇ ਲਾਉਂਦੇ, ਉਹ ਮਾਰੇ ਗਏ ਨੇ। ਔਰ ਪੰਜਾਬ 'ਚ ਹਾਹਾਕਾਰ ਮੱਚੀ, ਪੰਜਾਬ ਦੇ ਵਿੱਚ ਆਮ ਜਨਤਾ ਉੱਠ ਕੇ ਖੜੀ ਹੋ ਕੇ, ਨਾ ਸਿਰਫ ਸੋਸ਼ਲ ਮੀਡੀਆ 'ਤੇ, ਬਾਹਰ ਗਲੀਆਂ ਕੂਚਿਆਂ ਦੇ ਵਿੱਚ ਲੋਕਾਂ ਨੇ ਜਲੂਸ ਕੱਢੇ, ਔਰ ਗੌਰਮੈਂਟ ਦੀ ਜਿਹਨੂੰ ਕਹਿੰਦੇ ਆ ਕਿ ਬਹੁਤ ਬਦਨਾਮੀ ਹੋਈ। ਤਾਂ ਕੈਪਟਨ ਸਾਹਿਬ ਨੇ ਸੋਚਿਆ ਕਿ ਕਿਸੇ ਤਰੀਕੇ ਨਾਲ ਖੇੜਾ ਛਡਾਓ ਅਤੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਇੱਕ ਲੋਕਾਂ ਨੂੰ ਦੱਸੋ ਕਿ ਅਸੀਂ ਬਹੁਤ ਸੰਜੀਦਾ ਵਾਂ। ਇੱਕ ਉਹਨਾਂ ਨੇ ਉਹ ਫਾਂਸੀ ਦੀ ਗੱਲ ਕਹਿਤੀ, ਹਾਲਾਂਕਿ ਜਿਹੜੀ ਡੈਥ ਪੈਨਲਟੀ ਆ ਉਹ NDPS ਐਕਟ ਵਿੱਚ ਹੁਣੇ 2014 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਉਸ ਨੂੰ ਅਮੈਂਡਮੈਂਟ ਕਰਕੇ ਹਟਾਇਆ ਵਾ। ਪਹਿਲਾਂ ਫਾਂਸੀ ਸੀਗੀ ਮੈਂਡੇਟਰੀ, ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਔਰ ਹੁਣ ਵੀ ਫਾਂਸੀ ਦੀ ਸਜ਼ਾ ਹੈਗੀ ਆ, ਡੈਥ ਪੈਨਲਟੀ, ਜਿਹੜੇ ਲੋਕ ਰਿਪੀਟਿਡਲੀ NDPS ਦੀ ਅਵੱਗਿਆ ਕਰਦੇ ਨੇ ਜਾਂ ਨਸ਼ਿਆਂ ਦਾ ਕੰਮ ਕਰਦੇ ਨਹੀਂ ਹਟਦੇ, ਉਹਨਾਂ ਨੂੰ ਅੱਜ ਵੀ ਡੈਥ ਪੈਨਲਟੀ ਅਵੇਲੇਬਲ ਹੈਗੀ ਆ। ਸ਼ਾਇਦ NDPS ਦਾ ਸੈਕਸ਼ਨ 31A ਅੱਜ ਵੀ ਫਾਂਸੀ ਉਹਦੇ ਵਿੱਚ ਪ੍ਰਾਵਧਾਨ ਹੈਗਾ, ਪ੍ਰੋਵੀਜ਼ਨ ਹੈਗੀ ਆ। ਲੇਕਿਨ ਕੈਪਟਨ ਸਾਹਿਬ ਨੇ ਲੋਕਾਂ ਦੀ ਕਚਹਿਰੀ ਵਿੱਚ ਸੱਚੇ ਹੋਣ ਦੇ ਨਾਤੇ ਉਹਨਾਂ ਨੇ ਕਹਿਤਾ ਕਿ ਮੈਂ ਬਹੁਤ ਸਖ਼ਤ ਕਦਮ ਚੁੱਕਣ ਜਾ ਰਿਹਾ, ਅਤੇ ਜਿਹੜਾ ਪਹਿਲੀ ਵਾਰ ਵੀ ਕੋਈ NDPS ਦਾ ਕੰਮ ਕਰੇਗਾ ਉਹਨੂੰ ਅਸੀਂ ਫਾਂਸੀ ਦੀ ਸਜ਼ਾ ਦੇਵਾਂਗੇ। ਇਹ ਲਿਖ ਕੇ ਉਹਨਾਂ ਨੇ ਦਿੱਲੀ ਨੂੰ ਭੇਜ ਦਿੱਤਾ। ਮੈਂ ਨਹੀਂ ਮੰਨਦਾ ਕਿ ਦਿੱਲੀ ਗਵਰਨਮੈਂਟ ਜਿਹੜੀ ਆ ਉਹ ਹੁਣੇ ਜਿਹੜੀ 2014 'ਚ ਉਹਨਾਂ ਨੇ ਅਮੈਂਡਮੈਂਟ ਕਰਕੇ ਡੈਥ ਪੈਨਲਟੀ ਹਟਾਈ ਆ, ਉਹ ਇਕੱਲੇ ਪੰਜਾਬ ਨੂੰ ਡੈਥ ਪੈਨਲਟੀ ਅਲਾਓ ਕਰਨਗੇ। ਅਗਰ ਅਲਾਓ ਕਰ ਵੀ ਦਿੰਦੇ ਨੇ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਪੁਲਿਸ ਦੇ ਹੱਥ ਹੋਰ ਤਾਕਤ ਅਤੇ ਹੋਰ ਇੱਕ ਡੰਡਾ ਆ ਜਾਏਗਾ, ਜਿਹਦੇ ਨਾਲ ਉਹ ਹੋਰ ਲੋਕਾਂ ਨੂੰ ਇਨੋਸੈਂਟ ਬੰਦਿਆਂ ਨੂੰ ਫਰੇਮ ਕਰਨਗੇ, ਅਤੇ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਪੈਸੇ ਲੈ ਕੇ ਛੱਡਣਗੇ, ਜੋ ਪੰਜਾਬ ਦੇ ਵਿੱਚ ਇਸ ਵਕਤ ਪੁਲਿਸ ਦਾ ਤਾਣਾ ਬਾਣਾ ਕਰ ਰਿਹਾ ਵਾ। ਔਰ ਜਦੋਂ ਡੋਪ ਟੈਸਟ ਦੇ ਵਿੱਚ ਗੱਲ ਚੱਲੀ
ਤਾਂ ਸਰਕਾਰੀ ਮੁਲਾਜ਼ਮ ਆਪਣੀ ਜਗ੍ਹਾ 'ਤੇ ਠੀਕ ਸੀਗੇ। ਸ਼ਾਇਦ ਸੁਖਚੈਨ ਸਿੰਘ ਖਹਿਰਾ ਨੇ, ਉਹ ਸੈਕਰਟੇਰੀਏਟ ਇੰਪਲੋਈਜ਼ ਯੂਨੀਅਨ ਦੇ ਪ੍ਰੈਜ਼ੀਡੈਂਟ ਨੇ ਪੰਜਾਬ ਦੇ, ਉਹਨਾਂ ਨੇ ਬਿਆਨ ਦਿੱਤਾ ਕਿ ਇਕੱਲੇ ਮੁਲਾਜ਼ਮਾਂ ਦਾ ਡੋਪ ਟੈਸਟ ਕਿਉਂ ਕੀਤਾ ਜਾ ਰਿਹਾ, ਪੋਲੀਟੀਕਲ ਲੋਕਾਂ ਦਾ ਵੀ ਡੋਪ ਟੈਸਟ ਹੋਣਾ ਚਾਹੀਦਾ। ਉੱਥੋਂ ਫਿਰ ਪੋਲੀਟੀਕਲ ਲੋਕ ਡੋਪ ਟੈਸਟ ਕਰਾਉਣ ਲੱਗ ਗਏ, ਉਹ ਔਰ ਉਹਨਾਂ ਦਾ ਮੈਂ ਸਮਝਦਾ ਕਿ ਡੋਪ ਟੈਸਟ ਕਰਾਉਣਾ ਬਣਦਾ ਸੀਗਾ, ਕਿਉਂਕਿ ਲੋਕ ਕਹਿਣਗੇ ਜੀ ਕਿ ਫਲਾਨੇ ਸਿਆਸਤਦਾਨ ਨੇ ਨਹੀਂ ਕਰਾਇਆ, ਫਲਾਨੇ ਸਿਆਸਤਦਾਨ ਨੇ ਕਰਾਇਆ, ਇਹਦਾ ਮਤਲਬ ਕਿ ਉਹ ਡੋਪ ਲੈਂਦੇ ਨੇ ਜਾਂ ਡਰੱਗਸ ਕਰਦੇ ਨੇ। ਉਸੇ ਕੜੀ ਵਿੱਚ ਮੈਨੂੰ ਵੀ ਅੱਜ ਮੈਂ ਜਾ ਕੇ ਆਇਆ, ਅਸੀਂ ਆਪਣਾ ਜਿਹੜਾ ਸਾਡਾ ਭਲੱਤ ਦਾ ਸਬ ਡਿਵੀਜ਼ਨਲ ਹੋਸਪਿਟਲ ਆ, ਮੈਂ ਉੱਥੋਂ ਆਪਣਾ ਵੀ ਡੋਪ ਟੈਸਟ ਕਰਵਾਇਆ। ਹਾਲਾਂਕਿ ਮੈਂ ਇਸ ਦਾ ਕੋਈ ਬਹੁਤ ਮੁਦਈ ਨਹੀਂ ਗਾ, ਸਾਰੇ ਨੈਗੇਟਿਵ ਆਏ ਨੇ, ਮੈਂ ਇਹਦਾ ਮੁਦਈ ਨਹੀਂ ਗਾ, ਪਰ ਫਿਰ ਵੀ ਲੋਕ ਕਹਿਣਗੇ ਜੀ ਕਿ ਲੀਡਰ ਆਫ ਓਪੋਜੀਸ਼ਨ ਨੇ ਡੋਪ ਟੈਸਟ ਕਿਉਂ ਨਹੀਂ ਕਰਾਇਆ, ਕਿਉਂਕਿ ਮੈਂ ਪਿਛਲੇ ਕੋਈ 4-5 ਦਿਨ ਤੋਂ ਆਊਟ ਆਫ ਪੰਜਾਬ ਸੀ, ਪੰਜਾਬ ਤੋਂ ਬਾਹਰ ਸੀ। ਅੱਜ ਹੀ ਪਹੁੰਚਿਆ ਆਪਣੇ ਪਿੰਡ, ਤਾਂ ਮੈਂ ਸਭ ਤੋਂ ਪਹਿਲਾਂ ਜਾ ਕੇ ਸਬ ਡਿਵੀਜ਼ਨਲ ਹੋਸਪਿਟਲ ਜਿੱਥੇ ਡੋਪ ਟੈਸਟ ਦੀਆਂ ਕਿੱਟਸ ਅਵੇਲੇਬਲ ਸੀਗੀਆਂ, ਉੱਥੇ ਸੀਨੀਅਰ ਮੈਡੀਕਲ ਅਫਸਰ ਤੋਂ ਨਾਲ ਉਹਨਾਂ ਦੀ ਹਾਜ਼ਰੀ ਵਿੱਚ ਉਹਨਾਂ ਕੋਲੋਂ ਡੋਪ ਟੈਸਟ ਕਰਵਾਇਆ ਵਾ। ਪਰੰਤੂ ਮੇਰਾ ਫਿਰ ਮੰਨਣਾ ਵਾ ਕਿ ਡੋਪ ਟੈਸਟ ਮੇਨ ਜਿਹੜਾ ਮੁੱਦਾ ਸੀਗਾ, ਮੇਨ ਮੁੱਦਾ ਕੀ ਆ ਰਿਹਾ ਸੀ, ਅੱਜ ਤੋਂ ਚੰਦ ਦਿਨ ਪਹਿਲਾਂ ਜਿਹੜੀ ਗੱਲ ਉੱਠੀ ਕਿ ਪੁਲਿਸ ਦੀ ਬਹੁਤ ਜ਼ਿਆਦਾ ਡੂੰਘੀ ਮਿਲੀ ਭੁਗਤ ਆ ਨਸ਼ੇ ਦੇ ਮਾਫੀਆ ਦੇ ਨਾਲ। ਤੁਸੀਂ ਸੁਣ ਲਿਆ ਕਿ ਕਿਸ ਤਰ੍ਹਾਂ ਉਸ ਲੜਕੀ ਨੇ ਆਣ ਕੇ, ਹਰਵਿੰਦਰ ਕੌਰ ਨੇ ਲੁਧਿਆਣੇ 'ਤੇ, ਜਦੋਂ ਉਸਨੇ ਮੇਰੇ ਔਰ ਸਿਮਰਜੀਤ ਬੈਂਸ ਦੇ ਨਾਲ ਬੈਠ ਕੇ ਸਾਰੀਆਂ ਗੱਲਾਂ ਜੱਗ ਜ਼ਾਹਰ ਕਰ ਦਿੱਤੀਆਂ ਔਰ ਆਪਣਾ ਚਿਹਰਾ ਵੀ ਬੇਨਕਾਬ ਕਰਤਾ, ਉਹਦੇ 'ਤੇ ਫਿਰ ਗੌਰਮੈਂਟ ਨੂੰ ਮਜਬੂਰਨ ਇੱਕ DSP ਨੂੰ ਡਿਸਮਿਸ ਕਰਨਾ ਪਿਆ। ਉਸ ਤੋਂ ਬਾਅਦ ਜਿਹੜਾ SSP ਮੋਗਾ, ਉਹਦੀ ਸ਼ਮੂਲੀਅਤ ਆ ਗਈ ਕਿ STF ਨੇ ਜਦੋਂ ਇਨਵੈਸਟੀਗੇਸ਼ਨ ਕੀਤੀ ਸੀਗੀ, ਇੰਦਰਜੀਤ ਸਿੰਘ ਜਿਹੜਾ ਕਿ ਡਿਸਮਿਸ ਕੀਤਾ ਹੋਇਆ ਸਬ ਇੰਸਪੈਕਟਰ ਆ, ਉਹਨੇ ਆਪਣੇ ਬਿਆਨ ਦੇ ਚੁੱਕਿਆ ਸੀ STF ਨੂੰ, ਜਿਹੜੇ ਕਿ ਛੁਪਾਏ ਗਏ ਕਾਫੀ ਦੇਰ ਤੋਂ, ਕਿ ਮੈਂ ਰਾਜਜੀਤ ਸਿੰਘ ਨੂੰ 10-12 ਲੱਖ ਰੁਪਈਆ ਮਹੀਨਾ ਦਿੰਦਾ ਸੀ ਜਦੋਂ ਤਰਨ ਤਾਰਨ ਸੀ SSP, ਔਰ ਉਸ ਦਿੱਤੇ ਹੋਏ ਪੈਸੇ 'ਚੋਂ, ਡਰੱਗਸ ਦੇ ਪੈਸੇ 'ਚੋਂ, ਰਾਜਜੀਤ ਸਿੰਘ ਨੇ ਕਈ ਤਰ੍ਹਾਂ ਦੀਆਂ ਜਾਇਦਾਦਾਂ ਖਰੀਦੀਆਂ। ਹੁਣ ਅਮਰਿੰਦਰ ਸਿੰਘ ਜੀ ਨੇ ਰਾਜਜੀਤ ਸਿੰਘ ਨੂੰ ਮੋਗੇ ਦੇ SSP ਵਜੋਂ ਉੱਥੋਂ ਟ੍ਰਾਂਸਫਰ ਕਰਤਾ। ਕੁਛ ਇੱਕਾ ਦੁੱਕਾ ਪੁਲਿਸ ਵਾਲਿਆਂ ਦੇ ਖਿਲਾਫ ਹੋਰ ਵੀ ਐਕਸ਼ਨ ਕੀਤਾ ਗਿਆ, ਛੋਟੇ ਲੈਵਲ ਦੇ ਅਫਸਰਸ ਵੀ ਡਿਸਮਿਸ ਕੀਤੇ ਗਏ। ਤੋਂ ਕਹਿਣ ਤੋਂ ਭਾਵ ਕਿ ਫੋਕਸ ਆ ਰਿਹਾ ਸੀਗਾ ਕਿ ਪੁਲਿਸ ਜਿਹੜੀ ਹੈ ਇਹਦੀ ਬੜੀ ਡੂੰਘੀ ਇਨਵੋਲਵਮੈਂਟ ਆ ਡਰੱਗ ਮਾਫੀਆ ਦੇ ਨਾਲ, ਕਿਉਂਕਿ ਪੁਲਿਸ ਦੀ ਮਰਜ਼ੀ ਤੋਂ ਬਗੈਰ ਤਾਂ ਡਰੱਗ ਟ੍ਰੈਫਿਕਿੰਗ ਜਾਂ ਧੰਦਾ ਇਹ ਹੋ ਹੀ ਨਹੀਂ ਸਕਦਾ ਪੰਜਾਬ ਦੇ ਵਿੱਚ। ਤਾਂ ਉਸ ਮਸਲੇ ਤੋਂ ਧਿਆਨ ਹਟਾਉਣ ਵਾਸਤੇ ਇਹ ਡੋਪ ਟੈਸਟ ਦਾ ਵਿੱਚ ਇੱਕ ਨਵਾਂ ਮੋੜ ਕੱਟ ਦਿੱਤਾ। ਸਾਰੀਆਂ ਅਖਬਾਰਾਂ ਲਿਖਣ ਲੱਗ ਗਈਆਂ ਡੋਪ ਟੈਸਟ ਮੁਤਲਕ, ਸਾਰੇ ਟੈਲੀਵਿਜ਼ਨ ਚੈਨਲਸ ਡੋਪ ਟੈਸਟ ਦੇ ਉੱਤੇ ਬਹਿਸ ਕਰਾਉਣ ਲੱਗ ਗਏ, ਸਾਰੇ ਲੀਡਰਾਂ ਨੇ ਲਾਈਨ ਲਾਤੀ ਕਿ ਕਿਤੇ ਸਾਡੇ 'ਤੇ ਕੋਈ ਸ਼ੁਭਾ ਨਾ ਕਰੇ, ਸਾਰੇ ਡੋਪ ਟੈਸਟ ਕਰਾਉਣ ਨੂੰ ਚਲੇ ਗਏ ਨੇ। ਔਰ ਇਹ ਡੋਪ ਟੈਸਟ ਜਿਹੜੇ ਨੇ ਇਹ ਕੋਈ ਬਹੁਤ ਜ਼ਿਆਦਾ ਔਥੈਂਟਿਕ ਨਹੀਂ ਗਏ। ਮੈਂ PGI ਦੇ ਡਾਕਟਰ ਸਾਹਿਬ ਦਾ ਬਿਆਨ ਪੜ੍ਹਿਆ ਵਾ, ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਡੋਪ ਟੈਸਟ ਕਿੱਟਸ ਅਵੇਲੇਬਲ ਨੇ ਇੱਥੇ, ਉਹਦੇ 'ਚ ਕਈ ਵਾਰੀ ਜਿਹੜੇ ਡਰੱਗਸ ਕਰਦੇ ਨੇ ਉਹ ਨੈਗੇਟਿਵ ਵੀ ਆ ਸਕਦੇ ਨੇ, ਅਤੇ ਜਿਹੜੇ ਕੁਛ ਵੀ ਨਹੀਂ ਕਰਦੇ ਉਹ ਇਹਦੇ ਵਿੱਚ ਪੋਜ਼ਿਟਿਵ ਵੀ ਆ ਸਕਦੇ। ਔਰ ਕਈ ਜਿਹੜੇ ਥੋੜ੍ਹੀ ਜਿਹੀ ਉਮਰ ਦੇ ਲੋਕ ਨੇ, ਜਾਂ ਸਿਆਸਤਦਾਨ ਹੀ ਕਹਿ ਲਓ, ਜਾਂ ਕੁਛ ਅਫਸਰ ਵੀ ਨੇ ਜਿਹੜੇ ਥੋੜ੍ਹੀ ਜਿਹੀ ਓਲਡ ਏਜ ਦੇ ਨੇ, ਉਹ ਕਈ ਓਪੀਓਇਡ ਡਰੱਗਸ ਦੇ ਉੱਤੇ ਨਿਰਭਰ ਨੇ, ਆਪਣੀ ਟ੍ਰੀਟਮੈਂਟ ਕਰਾ ਰਹੇ ਨੇ। ਜਿਹੜੇ OPM ਬੇਸਡ ਜਿਹੜੀਆਂ ਮੈਡੀਕਲ ਦਵਾਈਆਂ ਨੇ, ਐਲੋਪੈਥਿਕ ਦਵਾਈਆਂ ਨੇ, ਉਹ ਲਗਾਤਾਰ ਖਾ ਰਹੇ ਨੇ, ਤਾਂ ਉਹਨਾਂ ਦਾ ਟੈਸਟ ਜਿਹੜਾ ਉਹ ਪੋਜ਼ਿਟਿਵ ਆਏਗਾ। ਤਾਂ ਉਹਨਾਂ ਵਿਚਾਰਿਆਂ ਵਾਸਤੇ ਤਾਂ ਬਹੁਤ ਵੱਡਾ ਸਮਾਜਿਕ ਕਲੰਕ ਹੋ ਗਿਆ ਕਿ ਇਹਦਾ ਬੰਦਾ ਪੱਕਾ ਨਸ਼ੇੜੀ ਆ। ਇਸ ਲਈ ਇਹ ਸਾਰਾ ਡੋਪ ਟੈਸਟ ਦਾ ਇਸ਼ੂ ਜਿਹੜਾ ਜਨਰੇਟ ਕੀਤਾ ਗਿਆ, ਇਹ ਸ਼ਾਤਰ ਮਾਈਂਡ ਦੀ ਸੋਚ ਸੀਗੀ, ਤਾਂ ਕਿ ਇਹਨੂੰ ਕਿਸੇ ਤਰੀਕੇ ਨਾਲ ਲੋਕਾਂ ਨੂੰ ਇਸ ਉਲਝਣ ਵਿੱਚ ਪਾ ਦਿਓ, ਆਪੇ ਹੀ ਡੋਪ ਟੈਸਟ ਕਰਾਉਂਦੇ ਫਿਰਨਗੇ, ਅਤੇ ਪੁਲਿਸ ਦੇ ਮਗਰੋਂ ਜਨਤਾ ਲੱਥ ਜਾਏਗੀ। ਅਤੇ ਜਿਹੜੀ ਪੁਲਿਸ ਦਾ ਰੋਲ ਆ ਰਿਹਾ, ਕਿਉਂਕਿ ਰੋਲ ਇਸ ਲੈਵਲ ਇਹ ਕੋਈ ਛੋਟਾ ਮੋਟਾ ਰੋਲ ਨਹੀਂ ਗਾ, ਇਹ ਰੋਲ ਜਿਹੜਾ ਸ਼ੱਕ ਸੀਗਾ ਇਹ ਵੱਧਦਾ ਇਸ ਵਕਤ ਪੰਜਾਬ ਦੇ ਮੌਜੂਦਾ DGP ਸੁਰੇਸ਼ ਅਰੋੜਾ ਔਰ ਜਿਹੜੇ ਉਹਨਾਂ ਦੇ DGP ਇੰਟੈਲੀਜੈਂਸ ਨੇ ਉਹਨਾਂ ਤੱਕ ਪਹੁੰਚ ਗਈ ਗੱਲ। ਕਿਉਂਕਿ ਜਿਹੜਾ ਇੰਦਰਜੀਤ ਸਿੰਘ ਨੇ ਜੋ ਕੁਛ ਕੀਤਾ, ਕਰਾਇਆ, ਬਿਆਨਾਤ ਦਿੱਤੇ STF ਨੂੰ, ਉਹਦੀ ਕੜੀ ਜੁੜਦੀ ਆ ਉਹਦੇ ਨਾਲ ਰਾਜਜੀਤ ਸਿੰਘ ਮੋਗੇ ਦੇ SSP ਨਾਲ, ਔਰ
ਮੋਗੇ ਦੇ SSP ਦੀ ਕੜੀ ਜੁੜਦੀ ਹੈਗੀ ਆ ਮੌਜੂਦਾ DGP ਦੇ ਨਾਲ। ਔਰ ਇੱਥੇ ਇਹ ਵੀ ਕਹਿਣਾ ਤੱਥ ਨੇ ਜਿਹੜਾ ਕਿ ਆਲਰੇਡੀ ਜੀ ਪੰਜਾਬੀ ਟੈਲੀਵਿਜ਼ਨ ਨੇ ਆਪਣੇ ਚੈਨਲ 'ਤੇ ਦਿਖਾਤਾ ਕਿ ਮੌਜੂਦਾ DGP ਨੇ ਸ਼ਾਇਦ 2016 ਦੇ ਵਿੱਚ, ਕੋਈ ਬਹੁਤ ਪੁਰਾਣੀ ਗੱਲ ਨਹੀਂ ਗੀ, 2016 ਦੇ ਵਿੱਚ ਉਹਨਾਂ ਨੇ ਇੰਦਰਜੀਤ ਸਿੰਘ ਜਿਸ ਨੂੰ ਹੁਣ ਡਿਸਮਿਸ ਕੀਤਾ ਨਸ਼ਿਆਂ ਦੇ ਕਰਕੇ, ਉਸ ਨੂੰ ਕਮੈਂਡੇਸ਼ਨ ਸਰਟੀਫਿਕੇਟ ਵੀ ਦਿੱਤਾ, ਉਹਨੂੰ ਇੱਕ ਸਮਝ ਲਓ ਫੀਤੀ ਲਾਈ ਉਹਦੇ, ਉਹਦੀ ਤਾਰੀਫ ਕੀਤੀ ਆ ਪਬਲਿਕਲੀ ਸਰਟੀਫਿਕੇਟ ਦੇ ਕੇ ਕਿ ਬੜਾ ਅੱਛਾ ਅਫਸਰ ਆ। ਔਰ ਇੱਕ ਤਾਂ ਹੋਰ ਬਹੁਤ ਜਿਹੜਾ ਵੱਡਾ ਖੁਲਾਸਾ ਕੀਤਾ ਜੀ ਨੇ ਅੱਜ ਤੋਂ ਸ਼ਾਇਦ ਪਰਸੋਂ ਰਾਤ ਦਾ ਚੱਲ ਰਿਹਾ, ਕੱਲ੍ਹ ਵੀ ਬਹੁਤ ਬਹਿਸ ਹੋਈ ਉਹਦੇ 'ਤੇ, ਉਹ ਇਹ ਆ ਕਿ ਜਦੋਂ ਰਾਜਜੀਤ ਸਿੰਘ SSP ਤਰਨ ਤਾਰਨ ਸੀ, ਇੰਦਰਜੀਤ ਸਿੰਘ ਵੀ ਉੱਥੇ ਤੈਨਾਤ ਸੀ, ਇਹਨਾਂ ਨੇ ਮਿਲ ਕੇ ਕੋਈ ਇੱਕ NDPS ਐਕਟ ਦਾ ਮੁਕੱਦਮਾ ਦਰਜ ਕੀਤਾ ਜਿਹਦੇ 'ਚ 17 ਬੇਗੁਨਾਹ ਲੋਕਾਂ ਨੂੰ ਇਨਵੋਲਵ ਕਰ ਲਿਆ, ਜਿਹੜੇ ਗੁਨਾਹਗਾਰ ਸੀ ਉਹਨਾਂ ਨੂੰ ਕੱਢ ਦਿੱਤਾ ਅਤੇ 17 ਬੇਗੁਨਾਹ ਲੋਕਾਂ ਨੂੰ NDPS ਵਿੱਚ ਫਾਲਸਲੀ ਇੰਪਲੀਕੇਟ ਕਰਤਾ। ਇਹ ਵੀ ਕਿਹਾ, ਪਤਾ ਲੱਗਿਆ ਜਿਹੜੇ ਤੱਥ ਬੋਲ ਰਹੇ ਨੇ ਜਿਹੜੀ ਜੀ ਦੇ ਕੋਲ ਰਿਪੋਰਟਸ ਨੇ ਡਾਕੂਮੈਂਟਡ ਕਿ ਇੰਦਰਜੀਤ ਸਿੰਘ ਅਤੇ ਰਾਜਜੀਤ ਸਿੰਘ ਨੇ ਉਸ ਕੇਸ ਵਿੱਚ 17 ਲੱਖ ਰੁਪਇਆ ਰਿਸ਼ਵਤ ਲਈ। ਇਹ ਗੱਲ ਹੈਗੀ ਆ 2015 ਦੀ। ਔਰ ਉਹ ਜਦੋਂ ਸਾਰੀ ਕੰਪਲੇਂਟ ਉੱਪਰ ਗਈ ਚੰਡੀਗੜ੍ਹ, ਤਾਂ ਅਲਟੀਮੇਟਲੀ ਜਿਹੜੀ ਵਿਜੀਲੈਂਸ ਬਿਊਰੋ ਆ ਜਿਹਦੇ ਮੁੱਖ ਡਾਇਰੈਕਟਰ ਚੀਫ ਡਾਇਰੈਕਟਰ ਉਸ ਵਕਤ ਸੁਰੇਸ਼ ਅਰੋੜਾ ਸੀ ਜਿਹੜੇ ਹੁਣ DGP ਨੇ, ਉਹਨਾਂ ਨੇ ਉਹਦੇ 'ਤੇ ਇਨਕੁਆਇਰੀ ਮਾਫ ਕੀਤੀ। 3 ਸਾਲ ਹੋ ਗਏ ਭਰਾਓ, 3 ਸਾਲਾਂ ਵਿੱਚ ਉਹ ਐਡੀ ਸੈਂਸੇਸ਼ਨਲ ਅਲਾਰਮਿੰਗ ਫਾਲਸ ਕੇਸ, ਔਰ ਉਹ ਵੀ ਨਸ਼ਿਆਂ ਦਾ ਕੇਸ ਔਰ ਕਰਪਸ਼ਨ ਹੋਵੇ ਉਹਦੇ ਵਿੱਚ, ਉਸ ਇਨਕੁਆਇਰੀ ਦਾ ਅੱਜ ਤੱਕ 3 ਸਾਲਾਂ 'ਚ ਕੋਈ ਸਿੱਟਾ ਨਹੀਂ ਨਿਕਲਿਆ ਬੈਠ ਗਈ ਉਸ ਫਾਈਲ ਦੇ ਉੱਤੇ। ਇਹਦਾ ਮਤਲਬ ਕੀ ਨਜ਼ਰ ਆਉਂਦਾ? ਇਹਦਾ ਮਤਲਬ ਹੈ ਕਿ ਜਿਹੜੇ ਅੱਜ ਦੇ DGP ਨੇ, ਜਦੋਂ ਉਹ ਚੀਫ ਡਾਇਰੈਕਟਰ ਵਿਜੀਲੈਂਸ ਸੀਗੇ, ਉਹ ਆਪਣੇ ਚਹੇਤੇ ਅਫਸਰਾਂ ਨੂੰ ਬਚਾ ਰਹੇ ਸੀਗੇ। ਔਰ ਇੱਥੇ ਮੈਂ ਨਿਖੇਧੀ ਕਰਨਾ ਚਾਹੁੰਦਾ ਅਕਾਲੀ ਦਲ ਦੀ ਸਰਕਾਰ ਦੀ, ਐਡਾ ਵੱਡਾ ਮਸਲਾ ਉੱਠਿਆ ਹੋਵੇ ਔਰ NDPS ਦੇ ਵਿੱਚ ਲੋਕਾਂ ਨੂੰ ਝੂਠਾ ਇੰਪਲੀਕੇਟ, ਤੁਹਾਨੂੰ ਪਤਾ NDPS ਵਿੱਚ ਜੇ ਕਿਸੇ ਨੂੰ ਤੁਸੀਂ ਫਾਲਸਲੀ ਇੰਪਲੀਕੇਟ ਕਰਦੇ ਹੋ, ਉਹਦੀਆਂ ਕਈ ਵਾਰੀ ਜ਼ਮਾਨਤਾਂ 10-10 ਸਾਲ ਨਹੀਂ ਹੁੰਦੀਆਂ, 8-8, 9-9 ਸਾਲ ਜੇਲ੍ਹ ਕੱਟਣੀ ਪੈਂਦੀ ਉਹਨਾਂ ਲੋਕਾਂ ਨੂੰ, ਕੇਸ ਦੇ ਚੱਲਦਿਆਂ ਹੁੰਦਿਆਂ ਹੀ, ਸਜ਼ਾ ਨਹੀਂ, ਟ੍ਰਾਇਲ ਬੇਲ ਹੀ ਨਹੀਂ ਦਿੰਦਾ ਕੋਈ ਕੋਰਟ NDPS ਐਕਟ ਦੇ ਵਿੱਚ। ਅਤੇ ਲੇਕਿਨ ਬਾਦਲ ਸਾਹਿਬ ਨੇ ਅਤੇ ਸੁਖਬੀਰ ਸਿੰਘ ਬਾਦਲ ਨੇ ਕੋਈ ਕੋਗਨੀਜੈਂਸ ਨਹੀਂ ਲਈ, ਕੋਈ ਨੋਟਿਸ ਨਹੀਂ ਲਿਆ। ਇਹਦਾ ਮਤਲਬ ਹੈ ਕਿ ਜੋ ਵਤੀਰਾ ਪੁਲਿਸ ਦੀ ਹਿਫਾਜ਼ਤ ਵਿੱਚ ਪੁਰਾਣੀ ਸਰਕਾਰ ਦਾ ਸੀ ਅਕਾਲੀ ਦਲ ਦਾ, ਉਹੀ ਵਤੀਰਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵਤੀਰਾ ਅਡੋਪਟ ਕਰ ਲਿਆ ਵਾ। ਅਤੇ ਪੁਲਿਸ ਦੇ ਗੁਨਾਹਗਾਰ ਲੋਕ ਜਿਨ੍ਹਾਂ 'ਤੇ ਸ਼ੱਕ ਆ, ਅਗਰ ਅੱਜ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ, ਪ੍ਰੋਪਰ ਪੰਜਾਬ ਪੁਲਿਸ ਦੀ ਸਕਰੀਨਿੰਗ ਹੋਵੇ, ਮੇਰਾ ਮੰਨਣਾ ਵਾ ਕਿ ਕਈ ਅਫਸਰ ਤੁਹਾਨੂੰ ਸ਼ਾਇਦ ਸੈਂਕੜਿਆਂ ਦੀ ਤਾਦਾਦ ਵਿੱਚ ਅਫਸਰਸ ਨੇ ਜਿਹੜੇ ਇਸ ਧੰਦੇ ਦੇ ਨਾਲ ਕਨੈਕਟਡ ਨੇ। ਉਸ ਲੜਕੀ ਨੇ ਕਹਿ ਹੀ ਦਿੱਤਾ ਕਿ DSP ਸਾਨੂੰ ਪਹਿਲਾਂ ਨਸ਼ੇ ਦੇ ਆਦੀ ਕਰਦਾ ਸੀਗਾ, ਫਿਰ ਸਾਨੂੰ ਸੈਕਸ਼ੂਅਲੀ ਐਕਸਪਲੋਇਟ ਕਰਦਾ ਸੀਗਾ, ਅਤੇ ਫਿਰ ਸਾਨੂੰ ਕੋਰੀਅਰ ਦੇ ਵਜੋਂ ਵਰਤਦਾ, ਸਾਡੇ ਕੋਲ ਸਮਾਨ ਵਿਕਵਾਉਂਦਾ ਸੀਗਾ। ਇਹਦੇ ਨਾਲੋਂ ਮਾੜੀ ਗੱਲ ਕੀ ਹੋ ਸਕਦੀ ਪੰਜਾਬ ਦੇ ਵਿੱਚ? ਔਰ ਨਾਲ ਨਾਲ ਇੱਥੇ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਬਤੌਰ ਪਾਰਟੀ, ਕਿਉਂਕਿ ਐਡੀ ਇਤਿਹਾਸਕ, ਐਡੀ ਅੱਛੀ ਪਾਰਟੀ, ਸਾਡੇ ਪੁਰਖਿਆਂ ਨੇ ਸਾਰਿਆਂ ਨੇ ਖੜੀ ਕੀਤੀ, ਕੁਰਬਾਨੀਆਂ ਦਿੱਤੀਆਂ, ਜੇਲ੍ਹਾਂ ਕੱਟੀਆਂ, ਮੋਰਚੇ ਲਾਏ, ਅੱਜ ਉਹਨਾਂ ਦਾ ਤੁਸੀਂ ਦੇਖ ਲਓ ਮੁਕੰਮਲ ਚੁੱਪੀ ਧਾਰੀ ਹੋਈ ਅਕਾਲੀ ਦਲ। ਔਰ ਅੱਜ ਮੈਂ ਇੱਕ ਇੰਟਰਵਿਊ ਪੜ੍ਹੀ ਹਿੰਦੁਸਤਾਨ ਟਾਈਮਸ ਵਿੱਚ, ਅਤੇ ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਨੇ ਹੁਣ ਬਿਆਨ ਦਿੱਤਾ, ਸ਼ਾਇਦ ਇੰਟਰਵਿਊ ਕੱਲ੍ਹ ਦਿੱਤੀ ਹੈ, ਕਿ ਸਭ ਨੂੰ ਮਿਲ ਕੇ ਨਸ਼ਿਆਂ ਦੀ ਜੰਗ ਲੜਨੀ ਪਵੇਗੀ। ਅਤੇ ਮੈਂ ਪੁੱਛਣਾ ਚਾਹੁੰਦਾ ਤਾਂ 10 ਸਾਲ ਤੁਸੀਂ ਸੁੱਤੇ ਕਿਉਂ ਰਹੇ? ਤੁਸੀਂ ਅਗਰ ਤੁਸੀਂ 10 ਸਾਲ ਪਹਿਲਾਂ ਤੁਸੀਂ ਇਸ ਬਿਮਾਰੀ ਨੂੰ ਸਵੀਕਾਰ ਕਰ ਲੈਂਦੇ ਕਿ ਹਾਂ ਜੇ ਮੈਂ ਆਪਣੀ ਕੋਈ ਬਿਮਾਰੀ ਸਵੀਕਾਰ ਕਰੂੰਗਾ, ਫਿਰ ਹੀ ਉਹਦਾ ਇਲਾਜ ਕਰਾਊਂਗਾ ਨਾ। ਅਤੇ ਸੁਖਬੀਰ ਸਿੰਘ ਬਾਦਲ ਨੂੰ, ਵੱਡੇ ਬਾਦਲ ਸਾਹਿਬ ਨੂੰ, ਹਰਸਿਮਰਤ ਕੌਰ ਨੂੰ, ਜਦੋਂ ਸਾਰੇ ਦੇਸ਼ ਵਿੱਚ ਹਾਹਾਕਾਰ ਮਚੀ ਸੀ ਕਿ ਪੰਜਾਬ ਵਿੱਚ ਨਸ਼ੇ ਨੇ, ਤਾਂ ਇਹ ਲੋਕ ਕਹਿੰਦੇ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ, ਪੰਜਾਬ ਨੂੰ ਐਜ਼ ਅ ਸਟੇਟ ਬਦਨਾਮ ਕੀਤਾ ਜਾ ਰਿਹਾ, ਮੰਨੇ ਨਹੀਂ। ਔਰ ਤੁਹਾਡਾ ਕੀ ਖਿਆਲ ਹੈ ਕਿ ਜਿਹੜੇ ਨਸ਼ੇ ਵਧੇ ਨੇ ਪਿਛਲੇ 16-17 ਮਹੀਨਿਆਂ ਵਿੱਚ ਅਮਰਿੰਦਰ ਸਿੰਘ ਦੇ ਰਾਜ ਵਿੱਚ ਆਏ ਨੇ ਸਡਨਲੀ? ਇਹ ਮੇਰੇ ਹਿਸਾਬ ਦੇ ਨਾਲ ਪਿਛਲੇ
ਘੱਟੋ ਘੱਟ 1.5-2 ਦਹਾਕਿਆਂ ਤੋਂ ਇਹ ਕੋਡ ਪੰਜਾਬ ਦੇ ਵਿੱਚ ਹੌਲੀ 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 ਕਰ ਰਿਹਾ ਸੀਗਾ ਔਰ ਪਿਛਲੇ 10 ਸਾਲ ਦੇ ਵਿੱਚ ਤਾਂ ਇਸ ਨੇ ਬੇਤਹਾਸ਼ਾ ਇਸ ਨਸ਼ਿਆਂ ਦੇ ਕੋਡ ਵਿੱਚ ਇਜ਼ਾਫਾ ਹੋਇਆ, ਵਾਧਾ ਹੋਇਆ ਅਤੇ ਸੁਖਬੀਰ ਸਿੰਘ ਬਾਦਲ ਹੋਣਾਂ ਨੇ ਇਹਨੂੰ ਕੋਈ ਟੱਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਇਹਦਾ ਕੋਈ ਪੁਖਤਾ ਹੱਲ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਔਰ ਅੱਜ ਕੈਪਟਨ ਅਮਰਿੰਦਰ ਸਿੰਘ ਵੀ ਉਸੇ ਕਿਸ਼ਤੀ ਵਿੱਚ ਸਵਾਰ ਨੇ ਜਿਨ੍ਹਾਂ ਨੇ ਕਿਹਾ ਸੀ ਗੁਟਕਾ ਸਾਹਿਬ ਚੁੱਕ ਕੇ ਕਿ ਮੈਂ 4 ਹਫ਼ਤਿਆਂ 'ਚ ਕਰ ਦੂੰਗਾ। ਇੱਕ ਉਹਨਾਂ ਨੇ ਸ਼ਾਇਦ ਕੈਲੀਫੋਰਨੀਆ ਪ੍ਰੋਗਰਾਮ ਵਿੱਚ ਕਿਹਾ ਕਿ ਮੈਨੂੰ ਸਿਰਫ 10 ਦਿਨ ਚਾਹੀਦੇ ਨੇ ਕਿਉਂਕਿ ਮੈਨੂੰ ਪਤਾ ਵਾ ਕਿ ਡਰੱਗ ਮਾਫੀਆ ਕੌਣ ਹੈ ਔਰ ਪੁਲਿਸ ਦੀ ਕਿੱਥੇ ਕਿੱਥੇ ਮਿਲੀ ਭੁਗਤ ਹੈ ਅਤੇ ਮੈਂ ਇਸ ਸਾਰੇ ਕੰਮ ਨੂੰ ਖਤਮ ਕਰ ਦੂੰਗਾ। ਲੇਕਿਨ 15-16 ਮਹੀਨਿਆਂ ਤੋਂ ਬਾਅਦ ਅੱਜ ਉਹ ਮੁਕੰਮਲ ਤੌਰ 'ਤੇ ਫੇਲ ਹੋਏ ਨੇ, ਬੱਚੇ ਮਰ ਰਹੇ ਨੇ, ਇੰਜੈਕਸ਼ਨ ਲਾ ਲਾ ਕੇ ਰੂੜੀਆਂ ਦੇ ਉੱਤੇ ਡਿੱਗੇ ਪਏ ਨੇ, ਲੜਕੀਆਂ ਦਾ ਇਨਵੋਲਵਮੈਂਟ ਇਹਦੇ ਵਿੱਚ ਆ ਗਈ ਆ। ਆਮ ਜਨਤਾ ਨੇ ਉੱਠ ਕੇ ਚਿੱਟੇ ਦੇ ਖਿਲਾਫ਼ ਕਾਲਾ ਹਫ਼ਤਾ, ਮਰੋ ਜਾਂ ਵਿਰੋਧ ਕਰੋ ਵਰਗੇ ਨਾਰੇ ਜਨਤਾ ਨੇ ਦੇ ਦਿੱਤੇ ਨੇ ਜਨਤਾ ਨੂੰ। ਇੱਥੋਂ ਇਹ ਸਾਫ਼ ਸਾਬਤ ਹੋ ਗਿਆ ਕਿ ਦੋਨੋਂ ਪਾਰਟੀਆਂ, ਪਹਿਲਾਂ ਅਕਾਲੀ ਔਰ ਹੁਣ ਕਾਂਗਰਸ ਦੀ ਸਰਕਾਰ, ਇਸ ਕੈਂਸਰ ਵਰਗੀ ਬਿਮਾਰੀ ਨੂੰ, ਨਸ਼ਿਆਂ ਦੀ ਨੂੰ ਕੰਟਰੋਲ ਕਰਨ ਵਿੱਚ ਫੇਲ ਹੋਏ ਨੇ ਔਰ ਇਹਦਾ ਪੁਖਤਾ ਹੱਲ ਲੱਭਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ। ਅੱਜ ਮੈਂ ਸਮਝਦਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਚਾਹੀਦਾ ਵਾ, ਸਾਡੇ ਬੱਚੇ ਮਾਯੂਸ ਨੇ ਪੰਜਾਬ ਦੇ ਵਿੱਚ ਔਰ ਸਾਰੇ ਸਰਕਾਰੀ ਰੁਜ਼ਗਾਰ ਜਿਹੜੀਆਂ ਪੋਸਟਾਂ ਨੇ ਖਾਲੀ ਪਈਆਂ, ਡਾਕਟਰਾਂ ਦੀਆਂ, ਟੀਚਰਾਂ ਦੀਆਂ, ਵੈਟਨਰੀ ਇੰਸਪੈਕਟਰਸ ਦੀਆਂ, ਐਗਰੀਕਲਚਰ ਇੰਸਪੈਕਟਰਸ ਦੀਆਂ, ਕਲਰਕਸ ਦੀਆਂ, ਹਜ਼ਾਰਾਂ ਦੀ ਤਾਦਾਦ ਵਿੱਚ ਨੌਕਰੀਆਂ। ਕੁਛ ਨਾ ਕੁਛ ਜੇ ਤੁਸੀਂ ਉਹਨਾਂ ਬੱਚਿਆਂ ਨੂੰ ਜੋਬਸ ਦਿਓਗੇ, ਕੁਛ ਨਾ ਕੁਛ ਤਾਂ ਉਹਨਾਂ ਦੀ ਸੈਟਿਸਫੈਕਸ਼ਨ ਹੋਵੇਗੀ, ਉਹਨਾਂ ਦੀ ਉਹਨਾਂ ਨੂੰ ਆਪਣੀ ਫਿਊਚਰ ਸਿਕਿਓਰ ਨਜ਼ਰ ਆਵੇਗਾ। ਔਰ ਨਾਲ ਹੀ ਮੈਂ ਕਹਿਣਾ ਚਾਹੁੰਦਾ ਕਿ ਐਗਰੇਰੀਅਨ ਇਕੋਨਮੀ ਜਿਹੜੀ ਪਿੰਡਾਂ ਦੇ ਵਿੱਚ ਕਿਸਾਨੀ ਦੀ ਜੋ ਅਰਥ ਵਿਵਸਥਾ ਵਾ ਉਹ ਬਿਲਕੁਲ ਢਹਿ ਢੇਰੀ ਹੋ ਗਈ ਆ। ਬਹੁਤ ਸਾਰੇ ਸਾਡੇ ਬੱਚੇ ਨੌਜਵਾਨ ਜਿਹੜੇ ਪਹਿਲਾਂ ਖੇਤੀ ਵਿੱਚ ਇਨਵੋਲਵ ਸੀਗੇ, ਆਪਣਾ ਕੰਮ ਕਰਦੇ ਸੀਗੇ ਔਰ ਆਪਣੇ ਕੰਮ 'ਚੋਂ ਰੀਜ਼ਨੇਬਲ ਅੱਛੀ ਜ਼ਿੰਦਗੀ ਬਸਰ ਕਰਦੇ ਸੀਗੇ, ਉਹ ਖੇਤੀ ਵੀ ਸਾਡੀ ਫੇਲ ਹੋ ਗਈ, ਲੋਕ ਕਰਜ਼ੇ ਦੀ ਮਾਰ ਥੱਲੇ ਆ ਗਏ, ਲੋਕ ਨਸ਼ੇ ਕਰਨ ਲੱਗ ਗਏ, ਲੋਕ ਆਤਮ ਹੱਤਿਆ ਕਰਨ ਲੱਗ ਗਏ। ਇਸ ਕਰਕੇ ਇਹ ਸਾਰੇ ਜਦੋਂ ਮਸਲੇ ਇਕੱਠੇ ਹੋਏ ਤਾਂ ਪੰਜਾਬ ਅੱਜ ਇਸ ਕਗਾਰ 'ਤੇ ਪਹੁੰਚਿਆ ਵਾ। ਔਰ ਅਖੀਰ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਬਹੁਤ ਜਿਹਨੂੰ ਕਹਿੰਦੇ ਕਿ ਬਹੁਤ ਵੱਡੀ ਚੁਣੌਤੀ ਆ ਪੰਜਾਬ ਦੇ ਵਾਸਤੇ, ਕਿਉਂਕਿ ਜੇ ਅਸੀਂ ਜੇ ਸਾਡੀ ਨੌਜਵਾਨ ਪੀੜ੍ਹੀ ਹੀ ਬਰਬਾਦ ਹੋ ਰਹੀ ਆ, ਜਿਹੜਾ ਸਾਡਾ ਭਵਿੱਖ ਹੀ ਬਰਬਾਦ ਹੋ ਰਿਹਾ, ਤਾਂ ਫਿਰ ਸਟੇਟ ਨੂੰ ਅੱਗੇ ਕੌਣ ਲੈ ਕੇ ਜਾਵੇਗਾ। ਪਰ ਅੰਤ ਵਿੱਚ ਮੈਂ ਜ਼ਰੂਰ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਮੇਨ ਜਿਹੜਾ ਪੋਲੀਟੀਕਲ ਡਿਸਕੋਰਸ ਸੀਗਾ ਜਿਹੜਾ ਨਸ਼ਿਆਂ ਦੇ ਉੱਤੇ ਆ ਰਿਹਾ ਸੀਗਾ, ਪੁਲਿਸ ਦੇ ਉੱਤੇ ਆ ਰਿਹਾ ਸੀਗਾ ਔਰ ਲਗਾਮਾਂ ਕੱਸੀਆਂ ਜਾ ਰਹੀਆਂ ਸੀਗੀਆਂ, ਉਸ ਨੂੰ ਡਾਈਵਰਟ ਕਰਨ ਦੇ ਨਜ਼ਰੀਏ ਨਾਲ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਡੋਪ ਟੈਸਟ ਅਤੇ ਫਾਂਸੀ ਦੀ ਸਜ਼ਾ, ਇਹ ਸਾਰੀਆਂ ਗੱਲਾਂ ਲਿਆ ਕੇ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਪੂਰਨ ਆਸ ਹੈ ਕਿ ਤੁਸੀਂ ਜਿਹੜੇ ਸੁਲਝੇ ਹੋਏ ਲੋਕ ਨੇ, ਸਿਆਣੇ ਲੋਕ ਨੇ, ਉਹ ਇਹਦੇ 'ਤੇ ਗੌਰ ਕਰਨਗੇ ਔਰ ਅਸਲ ਮੁੱਦੇ ਨੂੰ ਜੜ੍ਹ ਤੋਂ ਫੜ ਕੇ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਉਪਰਾਲਾ ਕਰਨਗੇ। ਅਗਰ ਤੁਹਾਨੂੰ ਲੱਗਿਆ ਕਿ ਮੇਰੇ ਵਿਚਾਰ ਠੀਕ ਨੇ ਤਾਂ ਕਾਇੰਡਲੀ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਦੁਨੀਆ ਤੱਕ ਪਹੁੰਚ ਸਕੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ।